में स्टेट बैंक ऑफ इंडिया के फील्ड अफसर के साथ कुछ दिन पहले ठाणा महलकला के इलाके में लूट की वारदात को अंजाम दिया गया था, जिस आधार पर फील्ड अफसर सुनील कुमार के बयानों के आधार पर मामला दर्ज किया गया था। प्रेस कॉन्फ्रेंस के दौरान एसपी जगविंदर सिंह चीमा ने बताया कि शरारती तत्वों के खिलाफ शुरू की गई मुहिम के तहत एक विशेष टीम का गठन किया गया था, जिसकी अगुवाई एसपी जगविंदर सिंह चीमा, डीएसपी ब्रिजमोहन, सीआईए स्टाफ के इंचार्ज इंस्पेक्टर बलजीत सिंह द्वारा की गई, जिनके द्वारा इस घटना को अंजाम देने वाले आरोपियों को पकड़ा गया। ਇਹ ਮਾਣਯੋਗ ਐਸ ਐਸ ਪੀ ਸ਼੍ਰੀ ਮੀਨਾ ਜੀ ਆਈ ਪੀ ਐਸ ਬਰਨਾਲਾ ਵੱਲੋਂ ਸ਼ਰਾਰਤੀ ਅਨਸਰਾਂ ਅਗੇਂਸਟ ਜਿਹੜੀ ਮੁਹਿੰਮ ਚਲਾਈ ਗਈ ਸੀ ਕੁਝ ਦਿਨ ਪਹਿਲਾਂ ਮਹਿਲ ਕਲਾਂ ਵਿੱਚ ਇੱਕ ਆਪਣਾ ਬੈਂਕ ਕਰਮਚਾਰੀ ਸੀ ਜਿਹਦੇ ਕੋਲੋਂ ਇੱਕ ਮੋਟਰਸਾਈਕਲ ਅਤੇ ਲੈਪਟਾਪ ਦੇ 5000 ਰੁਪਈਆ ਖੋਇਆ ਗਿਆ ਸੀ। ਕਿੰਨੇ ਬੰਦੇ ਫੜੇ ਗਏ? ਕੁੱਲ ਟੋਟਲ ਇਹਦੇ ਵਿੱਚ ਅਸੀਂ 6 ਬੰਦੇ ਫੜ ਲਏ ਨੇ। ਇੱਕ ਦਾ ਨਾਮ ਹੈਗਾ ਹਨੀ ਮੋਨੀ। ਇਹਨਾਂ ਦੀ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ, ਥੋੜ੍ਹੇ ਦਿਨਾਂ 'ਚ ਤੁਹਾਨੂੰ ਦੱਸ ਦਾਂਗੇ ਕਦੇ ਦਿਨ ਦੇ ਵਿੱਚ। ਇਹਨਾਂ ਦੇ ਇੱਕ ਆਪਣਾ ਮੋਟਰਸਾਈਕਲ ਬਰਾਮਦ ਹੋਇਆ, ਇੱਕ ਲੈਪਟਾਪ ਦੇ 5000 ਰੁਪਈਆ ਜੀ। ਇਹਨਾਂ 'ਚੋਂ ਕੋਈ 22 ਸਾਲ ਦਾ, ਕੋਈ 23 ਸਾਲ ਦਾ, ਕੋਈ 26 ਸਾਲਾਂ ਦਾ ਜੀ। ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ, ਉਹ ਇਨਵੈਸਟੀਗੇਸ਼ਨ ਤੋਂ ਬਾਅਦ ਦੱਸਾਂਗੇ ਜੀ। ਇਹ ਕੁਛ ਹੈਗੇ ਆਪਣੇ ਸਿੱਖਾਂ ਦੇ ਹੈਗੇ ਨੇ ਅਤੇ 2 ਮਹਿਲਕਲਾਂ ਦੇ ਨੇ ਵਿੱਚ। ਹਾਂਜੀ, ਇੱਕ ਆਪਣਾ ਅਸੀਂ ਗਿਆਮਣ ਬੰਦੇ ਫੜੇ ਨੇ ਜਿਨ੍ਹਾਂ ਕੋਲ ਸ਼ਰਾਬ ਬਰਾਮਦ ਕੀਤੀ ਹਰਿਆਣਾ ਮਾਰਕਾ। ਉਹਨਾਂ ਕੋਲ 5 ਪੇਟੀਆਂ ਕੀਤੀਆਂ ਜੀ। ਉਹਨਾਂ ਦੇ 4 ਬੰਦੇ ਅਰੈਸਟ ਹੋਏ ਨੇ ਜੀ। ਉਹਨਾਂ ਦੀ ਵੀ ਚੱਲ ਰਹੀ ਹੈ ਪੁੱਛਗਿੱਛ, ਜੋ ਅਗਾਹ ਹੋਊਗਾ ਤੁਹਾਨੂੰ ਦੱਸਿਆ ਜਾਊਗਾ ਜੀ। ਪਿਛਲੇ ਕੱਲ੍ਹ ਅਸੀਂ 6 ਪਰਚੇ ਦਿੱਤੇ ਨੇ ਸੱਟੇ ਦੇ, ਉਹ ਬਰਦਾਸ਼ਤ ਨਹੀਂ ਕੀਤਾ ਹੋਊਗਾ। ਜਿਹੜਾ ਵੀ ਸੱਟੇ ਦਾ ਕੰਮ ਕੀਤਾ ਜਾਊਗਾ ਉਹਦੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਊਗੀ। ਇਹ ਕੋਈ ਪਤਾ ਲੱਗਿਆ ਸੀ ਜਿਹੜਾ ਚੋਰੀ ਛਿਪੇ ਕੋਈ ਚਲਾ ਰਹੇ ਸੀ, ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਆਉਣ ਵਾਲੇ ਸਮੇਂ 'ਚ ਬਿਲਕੁਲ ਵੀ ਨਹੀਂ ਚੱਲਣਗੇ। ਕਿੰਨੇ ਬੰਦੇ ਨੇ ਖਿਲਾਫ ਮਾਮਲਾ? ਔਰ ਕੁੱਲ ਟੋਟਲ 6 ਬੰਦਿਆਂ ਦੇ ਮੁਕਾਬਲੇ ਪਰਚਾ ਦੇ ਚੁੱਕੇ ਹਾਂ ਜੀ। ਜੋ ਇਹ ਸੱਟਾ ਵਜਾਰੇ ਚੱਲ ਰਿਹਾ ਸਰ, ਕਿਹੜੇ ਕਿਹੜੇ ਗੁਨਾਹ ਦੇ ਇਲਾਕੇ ਦੇ? ਉਹ ਇਨਵੈਸਟੀਗੇਸ਼ਨ ਦਾ ਪਾਰਟ ਹੋ ਦੱਸਦਾ।